ਜੀ ਜਨਾਬ, ਚਾਹਚਾ ਜੀ ਹੋਰੀ ਮੱਕੜ ਹੱਡੀ ਜਿਹੜੇ ਹਨ ਉਹ ਬਣੇ ਨੇ ਰਹਿਣ ਸਰਾਈ ਕੇ ਤਾਂ ਮੱਕੜ ਹੱਡੀ ਸੜੀ ਹੁੰਦੀ ਹੈ, ਮੱਕੜ ਹੱਡੀ ਸੜੀ ਹੁੰਦਾ ਨਾ ਆਪ ਚਾਚਾ ਜੀ ਉਹਦੇ ਛੁੜਾ ਮਣ ਦਾ ਤਰੀਕਾ ਚੈੱਕ ਕਰੋ। ਸਲਾਮ ਵਾਲੀਕੁਮ, ਕਿਆ ਚਾਲ ਹੈ, ਠੀਕ ਹੋ, ਤਬੀਅਤ ਸੀ ਠੀਕ ਹੈ। ਮੈਂ ਮੁਹੰਮਦ ਅਦਨਾਨ, ਤੁਸੀਂ ਵੇਖਦੇ ਪਿਆ ਮੇਰਾ ਯੂਟਿਊਬ ਚੈਨਲ ਅਦਨਾਨ ਪ੍ਰਸਾਦੀ। ਤੇ ਜਨਾਬ, ਅੱਜ ਦਾ ਜਿਹੜਾ ਸਾਡਾ ਵਲੌਗ ਹੈ ਬਹੁਤ ਜ਼ਿਆਦਾ ਮਜ਼ੇਦਾਰ ਬਣ ਵਾਲਾ ਹੈ, ਕਿਉਂਕਿ ਅੱਜ ਅਸਾਂ ਬੁਣਵਾਉਂਦੇ ਪਏ ਹਾਂ ਚਾਰ ਭਾਈ ਜਿਹਨੂੰ ਕਿ ਸਰੈਕੀ ਦੇ ਵਿੱਚ ਮੰਜੀ ਆਦੇ ਨੇ। ਤੇ ਜਨਾਬ, ਤੁਸੀਂ ਸਾਹਮਣੇ ਮੇਰੇ ਵੇਖ ਸਕਦੇ ਹੋ ਕਿ ਚਾਚਾ ਜੀ ਉਹਦੀ ਜਿਹੜੇ ਹਨ ਉਹ ਸਾਹਮਣੇ ਮਿਹਨਤ ਜਿਹੜੇ ਹਨ ਮੁਸ਼ਕਤ ਕਰਦੇ ਵਧਨ। ਤੇ ਤੁਸੀਂ ਮੇਰੇ ਨਾਲ ਰਹਿਣਾ ਹੈ, ਮਗਰ ਉਸ ਤੋਂ ਪਹਿਲਾਂ ਜਨਾਬ ਜਲਦੀ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਹੋ। ਤੇ ਜਨਾਬ, ਨੰਬਰ 1 ਤੇ ਇਹ ਮੈਂ ਵਾਣ ਲਾਇਆ ਮੀ, ਠੀਕ ਹੈ। ਅੱਜ ਕੱਲ੍ਹ ਦੇ ਹਿਸਾਬ ਦੇ ਮੁਤਾਬਿਕ 120 ਰੁਪਏ ਕਿਲੋ, 150 ਰੁਪਏ ਕਿਲੋ, 130 ਰੁਪਏ ਕਿਲੋ ਇਹ ਜਿਹੜਾ ਹੈ ਇਹ ਸੇਲ ਹੁੰਦਾ। ਤਕਰੀਬਨ ਇਹਦੇ ਉੱਤੇ 4 ਕਿਲੋ ਮੈਂ ਲੈ ਆਇਆ ਹਾਮੀ, ਤਾਂ ਇਹਦੇ ਉੱਤੇ 3 ਲੱਛੇ ਚੜ੍ਹੇ ਹਨ, ਅਤੇ ਮਤਲਬ ਇਹ ਸਾਡੇ ਕੋਲ ਕੁਝ ਪੀਆ ਵੀ ਹਾਈ ਤਾਂ 5 ਲੱਛੇ ਇਸ ਗੱਟੂ ਦੇ ਵਿੱਚ ਮੈਂ ਘਾਤ ਕੇ ਆਇਆ ਹਾਮੀ, ਠੀਕ ਹੈ। ਉਸ ਤੋਂ ਬਾਅਦ ਇਹ ਪਈ 4 ਪਾਈ, ਅਤੇ ਚਾਚਾ ਜੀ ਉਹਨੂੰ ਅਸਾਂ ਇਗਜ਼ੈਂਪਲ ਵੀ ਦੇ ਦਿੱਤੀਏ ਨਮੂਨਾ ਕਿ ਚਾਚਾ ਜੀ ਇਹਦਾ ਜ਼ਿਆਦਾ ਜਿਹੜਾ ਹੈ ਮੰਜੀ ਘਾਟੀ ਵੀ ਨਾ ਹੋਵੇ ਅਤੇ ਇਹਦੀ ਜ਼ਿਆਦਾ ਪਤਲੀ ਵੀ ਨਾ ਹੋਵੇ, ਮਤਲਬ ਕਿ ਨਾਰਮਲ ਰੂਟੀਨ ਵਾਲੀ ਹੋਵੇ, ਠੀਕ ਹੈ। ਤਾਂ ਕਿ ਸਾਡੇ ਜਿਹੜੇ ਬਾਲ ਹੁੰਦੇ ਨਾ ਉਹ ਬਾਜ਼ ਦਫ਼ਾ ਉਹ ਕਰਿੰਦੇ ਵੀ ਹਨ, ਤਾਂ ਉਹ ਨਿਜ਼ਾਮ ਜਿਹੜਾ ਉਹ ਸਹੀ ਹੋ ਵਾਂਗੇ ਸਮਝਣ ਵਾਲੇ ਸਮਝ ਗਿਆ ਸਨ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਕਿ ਇਹ ਸਾਡੀ ਹੈ ਪਈ ਵੀ ਐਪੀ ਕਿਸਮ ਦੀ 4 ਪਾਈ, ਕੱਢਣ ਦੀ ਪਈ ਆਈ ਇੱਕ ਸੈਟਿੰਗ ਮੈਟਿੰਗ ਕਰਕੇ ਚੱਪਰਾਂ ਲਾ ਕੇ, ਇਹ ਦੇਖੋ ਵੇਖ ਸਕਦੇ ਇੱਥੇ ਚੱਪਰਾਂ ਲਾ ਕੇ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਚਾਚਾ ਜੀ ਉਹਦੇ ਸਾਹਮਣੇ ਕਿਆ ਵਧਨ ਇਹ ਮੰਜੀ ਜਿਹੜੇ ਹਨ ਉਹ ਬੁਣਦੇ ਪੈਣ। ਹੁਣ ਚਾਚਾ ਜੀ ਉਹਦਾ ਇੰਟਰਵਿਊ ਲੈਣਾ ਹੈ ਕਿ ਚਾਚਾ ਜੀ ਉਹਦੀ ਜਿਹੜੇ ਹਨ ਉਹ ਕਿਵੇਂ ਯੋਗ ਕਰਦੇ ਪੈਣ। ਮੈਂ ਕਿਹਾ ਉਸ ਤੋਂ ਪਹਿਲਾਂ ਜਨਾਬ ਤੁਹਾਡੇ ਨਾਲ ਮੰਜੀ ਸ਼ੇਅਰ ਕਰਨਾ ਕਿ ਇਸ ਤਰੀਕੇ ਦੀ ਅਸਾਂ ਜਿਹੜਾ ਹੈ ਇਹਦੀ ਬਈ ਪਤਲੀ ਪਤਲੀ ਤਰ੍ਹਾਂ ਯੋਗ ਕਰਦੇ ਪੈਣ। ਤਾਂ ਇਹ ਦੇਖੋ ਜਨਾਬ, ਇਹ ਹੈ ਪਈ ਮੰਜੀ, ਠੀਕ ਹੈ। ਇਸ ਹਿਸਾਬ ਦੀ ਬਣਨਾ ਦੇ ਰਹੇ, ਠੀਕ ਹੈ। ਉਸ ਤੋਂ ਬਾਅਦ ਹੁਣ ਚੱਲਦੇ ਹਾਂ ਬਾਹਰ, ਠੀਕ ਹੈ। ਇਹ ਚਾਚਾ ਜੀ ਉਹਦੀ ਸਾਹਮਣੇ, ਹੁਣ ਚਾਚਾ ਜੀ ਉਹਦਾ ਇੰਟਰਵਿਊ ਲੈਣਾ। ਚਾਚਾ ਜੀ ਉਹਦੀ ਕੱਲ੍ਹ ਹਨ ਤਾਂ ਮਿਲੇ ਮੇਰੇ ਮਾਮੂ ਹੋਰ ਨੂੰ, ਠੀਕ ਹੈ। ਤਾਂ ਉਸ ਤੋਂ ਬਾਅਦ ਇੱਡੂ ਦਾ ਵਿਊ ਤੁਹਾਨੂੰ ਵਿਖਾਉਣਾ, ਤਾਂ ਇਹ ਤੁਸੀਂ ਵੇਖ ਲਈਏ। ਹਾਂ ਬਈ, ਕਿਆ ਹਾਲ ਹੈ ਤੇਰੇ? ਚਾਚਾ ਜੀ ਉਹਨੂੰ ਸਲਾਮ, ਸਲਾਮ ਵਾਲੇਕੁਮ, ਕਿਆ ਹਾਲ ਹੈ ਚਾਚਾ ਜੀ, ਤਬੀਅਤ ਠੀਕ ਹੈ? ਇਹ ਅਨਸਈ ਸਾਡੇ ਬਜ਼ੁਰਗ। ਅੱਛਾ, ਇਹ ਤਾਂ ਕਦੋਂ ਤੂੰ ਇਹ ਮੰਜੀ ਬੁਣਨ ਵਾਲਾ ਮਤਲਬ ਕੰਮ ਕਰਨ ਦਾ? ਕਾਫੀ ਸਾਲਾਂ ਤੋਂ। ਤੇ ਬਾਤ ਇਹ ਰੋਜ਼ਾਨਾ ਦੀ ਮਤਲਬ ਮੰਜੀ ਮਿਲ ਵੈਂਦੀ ਏ? ਕੋਈ ਕਤਰੇ, ਠੀਕ ਹੈ, ਮੁਸਲਸਲ ਕੋ ਨੀ। ਅੱਛਾ, ਪੁਰਾਣੇ ਦੌਰ ਦੇ ਵਿੱਚ ਉਹ ਟਾਈਮ ਮੁਸਲਸਲ ਮਿਲ ਵੈਂਦੀ ਆਈ, ਜੇ ਹੁਣ ਅੱਗੇ ਮਿਲ ਵੈਂਦੀ ਆਈ, ਹੁਣ ਨੀ ਮਿਲਦੀ? ਕਿਆ ਮਹਿੰਗਾਈ ਦਾ ਦੌਰ ਹੋ ਗਿਆ। ਅੱਜ ਮਹਿੰਗਾਈ ਦਾ ਦੌਰ ਹੋ ਗਿਆ, ਠੀਕ ਠੀਕ, ਅੱਛਾ ਠੀਕ ਹੋ ਗਿਆ। ਤੇ ਇਹ ਜਿਹੜੇ ਮੰਜੀ ਇੱਕ ਬੁਣਾਈ ਦਾ ਕਿਆ ਹਿਸਾਬ ਲੈਂਦੇ ਵੇ? ਅੱਛਾ, ਇੱਧਰ ਲੈਂਦੇ 500। ਤੇ ਵੀ ਆ ਮੋਨਾ ਲਈ ਕੋ ਬੁਣਾ ਵੇ, ਕਿਹੜੇ ਕਿਹੜੇ ਟਾਈਪ ਦੀ ਮਤਲਬ ਤੁਸੀਂ ਮੰਜੀ ਬੁਣਦੇ ਵੇ? ਅੱਛਾ, ਕਿਸਾਨ 1000 ਰੁਪਏ, ਮਤਲਬ ਕਿ ਹਰ ਕਹਿਣ ਦੀ ਆਪਣੀ ਆਪਣੀ ਮੁਹੱਬਤ ਦੀ ਗੱਲ ਹੈ, ਮਤਲਬ ਮੂੰਹ ਮੁਲਾਜ਼ਾ ਦੀ ਮੂੰਹ ਵੇਖ ਕੇ ਚਾਟ ਮਾਰਨ ਦੀ ਗੱਲ ਹੈ। ਤਾਂ ਜੀ ਜਨਾਬ, ਇਹ ਦੇਖੋ ਚਾਚਾ ਜੀ ਉਹਦੀ ਬਹੁਤ ਬਿਲਕੁਲ ਖਰੀਆਂ ਗੱਲ ਹੀ ਕਰੇ ਨੇ ਭੈਣ। ਆਪਣਾ ਨਾਂ ਕੀ ਸਹੀ? ਬਸ਼ੀਰ ਅਹਿਮਦ ਜੀ। ਹਾਂ, ਤਾਂ ਇਹ ਜਨਾਬ ਅੱਜ ਸਾ ਪੂਰੀ ਮੰਜੀ ਬਣਾਉਣ ਦਾ ਪੂਰਾ ਜਿਹੜਾ ਬਲੌਗ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੇ ਸੂ। ਛੂਆ ਨੂੰ ਮਰਨੇ ਇੱਕ ਲੱਤ, ਇਹ ਹਰਾਮੀ ਜਿਹੜਾ ਵਿੱਚ ਬੁਲੈਂਦਾ ਖੜਾ ਹੈ, ਤਾਂ ਕਿ ਮੇਰੇ ਜਿਹੜੇ ਵਿਊਵਰ ਨੇ ਉਹ ਡਿਸਟਰਬ ਨਹੀਂ ਦਿੱਤਾ। ਚਾਚੇ ਜੀ ਉਹਦਾ ਬਣਾਈ ਦਾ ਤਰੀਕਾ ਵੇਖੋ ਸਹੀ, ਕਿਵੇਂ ਬੁਣ ਕਰੇ, ਇਹਨੂੰ ਕਿਹਾ ਦੇਣ ਸਹੀ? ਅਜੇ ਵਾਟ ਨਿਕਲ, ਚੌਖੇ ਤਰੀਕੇ ਹੁੰਦੇ, ਮਤਲਬ ਪ੍ਰੋਸੀਜਰ ਚੌਖੇ ਹੁੰਦੇ ਨੇ, ਉਸ ਤੋਂ ਬਾਅਦ ਮੰਜੀ ਬੁਣਨ ਦੇ ਕਾਬਿਲ ਮਤਲਬ ਵਾਣ ਥੀ ਹੋਈ ਸੀ। ਜੀ ਜਨਾਬ, ਚਾਚਾ ਜੀ ਗੁੱਛੀ ਜਿਹੜੀ ਹੈ ਉਹ ਬਣਾਉਂਦੇ ਵਧਨ,
ਵਾਹ ਚਾਚਾ ਜਨਾਬ ਚਾਚਾ ਜੀ ਹੋਰੀ ਬਈ ਗੁੱਛੀ ਜਿਹੜੇ ਨੇ ਉਹ ਸਿੱਧੀ ਕਰੇ ਨੇ ਪੈਣ ਉਹਨੂੰ ਪਹਿਲੇ ਬੰਦ ਤੇ ਛੁੜੇ ਸੰਭੀਏ ਇਹ ਵਾਲੀ ਇਹ ਹਾਂ ਉਹ ਪੂਰਾ ਛੁੱਟਣ ਦਾ ਪ੍ਰੋਸੀਜਰ ਜਿਹੜਾ ਹੈ ਇਹਦੇ ਕੋਈ ਬਣੇ ਦੇ ਪੈਣ ਮਤਲਬ ਪੂਰਾ ਛੁੱਟਣ ਦਾ ਜਿਹੜਾ ਪ੍ਰੋਸੀਜਰ ਹੈ ਉਹ ਪੂਰਾ ਤੁਹਾਡੇ ਨਾਲ ਸ਼ੇਅਰ ਕਰਨ ਦੇ ਪੈਣ ਵੀ ਇਸ ਤਰੀਕੇ ਨਾਲ ਮੰਜੀ ਅਗਰ ਤੁਸੀਂ ਮਾਂ ਭੈਣਾਂ ਜਿਹੜੀਆਂ ਨੇ ਉਹ ਘਰ ਦੇ ਵਿੱਚ ਮੰਜੀ ਬੁਣਨਾ ਵੀ ਚਾਹਵਨ ਤੇ ਇਹ ਪ੍ਰੋਸੀਜਰ ਅਜ਼ਮਾ ਕੇ ਇਹ ਪ੍ਰੋਸੀਜਰ ਕਰਕੇ ਉਹ ਜਿਹੜੇ ਹੈ ਇਹ ਕਰ ਸਕਦੇ ਨੇ ਮਤਲਬ ਮੰਜੀ ਬੁਣ ਸਕਦੇ ਨੇ ਤੇ ਇਹ ਦੇਖੋ ਚਾਚਾ ਜੀ ਦੇ ਐਸਤਾ ਹੀ ਮੈਂ ਭਰਾਂ ਮੈਂ ਦੇ ਪੈਣ ਇੱਡੂ ਮੰਜੀ ਦੇ ਨਾਲ ਹੀ ਨਾ ਇਹ ਕਰ ਛੋੜਾ ਹੈ ਅੱਛਾ ਬਾਜ਼ ਦਾ ਵਾ ਇਵੇਂ ਵੀ ਹੁੰਦਾ ਨਾ ਕਿ ਵਾਣ ਤਾਂ ਇੱਥੇ ਬਾਅਦ ਛੋੜਾ ਹੈ ਮਗਰ ਚਾਚਾ ਜੀ ਹੋਰੀ ਜ਼ੋਰ ਮਾਰਨ ਤੇ ਮੰਜੀ ਇਵੇਂ ਘਸੀਟਦੀ ਵਜੇ ਅਸਾ ਹੀ ਚਾਚਾ ਜੀ ਉਹਦੇ ਪਿੱਛੇ ਪਿੱਛੇ ਵਜੇ ਚਾਚਾ ਇਹ ਗੁੱਛੀ ਉਹ ਕੁਝ ਆਈਏ ਕੁਛ ਹੈਗਾ ਨੀ ਅੱਜ ਫਿਲਹਾਲ ਸਾਰਾ ਰੋਡ ਖਾ ਲਈਏ ਇੱਡੀ ਸਾਰਾ ਰੋਡ ਖਾ ਲਈਏ ਤਾਂ ਜੀ ਜਨਾਬ ਚਾਚਾ ਜੀ ਹੋਰੀ ਜਿਹੜੇ ਹਨ ਉਹ ਵਹਿੰਦੇ ਪੈਣ ਦੁਬਾਰਾ ਤੋਂ ਇਹ ਜਿਹੜੀ ਸਾਰੀ ਗੁੱਛੀ ਆਈ ਉਹ ਕੋ ਫਾਈਨਲ ਕਰਨ ਵਾਸਤੇ ਇਹ ਦੇਖੋ ਜਨਾਬ ਚਾਚਾ ਜੀ ਉਹਦੇ ਛੁੜਾਵਣ ਦਾ ਤਰੀਕਾ ਚੈੱਕ ਕਰੋ ਸਹੀ ਲੱਗੇ ਉਵੇਂ ਵੇਖ ਲਓ ਬਾ ਠੀਕ ਹੈ ਵਾ ਇਹ ਪਵਾਂ ਦੀ ਰੱਖ ਲਓ ਤੇ ਉਹ ਸਿਰਾਂ ਦੀ ਰੱਖ ਲਓ ਜਨਾਬ ਚਾਚਾ ਜੀ ਹੋਰੀ ਮੱਕੜ ਹੱਡੀ ਜਿਹੜੇ ਹਨ ਉਹ ਬਣੇ ਨੇ ਹਨ ਸਰਾਈ ਕੇ ਤਾਂ ਮੱਕੜ ਹੱਡੀ ਸੜੀ ਨਹੀਂ ਹੈ ਮੱਕੜ ਹੱਡੀ ਸੜੀ ਨਾ ਅੱਛਾ ਅੱਛਾ ਮੰਜੀ ਦੇ ਬਰਾਬਰ ਦਾ ਇੱਕ ਦੋ ਤਰੇ ਚਾਰ ਪੰਜ ਛੀ ਉਸ ਪਾਸੋਂ ਸੱਤ ਸੰਤ ਤਕਰੀਬਨ ਇਹ ਸੀ ਤੇਜ਼ ਤਰੀਨ ਚਾਕੂ ਇਹ ਚਲੋ ਜੀ ਇੱਕ ਵਾਰ ਮੱਕੜ ਦੀ ਫਾਈਨਲ ਹੋ ਗਈ ਹੁਣ ਇੱਡੂ ਰਾਂਦੀ ਹੈ ਇੱਡੂ ਇਵੇਂ ਬਣੇ ਸੋ ਵਾਹ ਜੀ ਇਹ ਸੀ ਕੇਸ਼ਨ ਨਾ ਕੇਸਨ ਇਹਨਾਂ ਦੇ ਅਜੇ ਕਿਲੀਆਂ ਵਾਹ ਸਹੀ ਆਹ ਚਾਚੇ ਜੀ ਦੇ ਹਥਿਆਰ ਸਹੀ ਮਾਸ਼ਾਅੱਲਾ ਇਹਨਾਂ ਨੂੰ ਬਣਾਉਣ ਵਾਸਤੇ ਬੜਾ ਟਾਈਮ ਲੱਗਦਾ ਹੈ ਮੈਂ ਥੋੜ੍ਹੀ ਨੇ ਖਾਲਾ ਜੀ ਦਾ ਖਿਆਲ ਨਹੀਂ ਕਸ਼ਾ ਵਕਤ ਲੱਗਦਾ ਮੇਰੇ ਕੋਲ ਇਹ ਲੱਕੜ ਕਿਹੜੀ ਹੈ ਇਹ ਕਿੰਨੂ ਜਿਹੜਾ ਸਾਰਾ ਕਟੇਗੀ ਜੀ ਇਹਨੂੰ ਜੀ ਤਬਾਕੂ ਨਸ਼ੀ ਸਿਹਤ ਵਾਸਤੇ ਜਾਣ ਲੈਵਾ ਇਹਨੂੰ ਕਦਾ ਨਹੀਂ ਕਰਾਇਆ ਠੀਕ ਹੈ ਚਾਚਾ ਜੀ ਉਹਨੂੰ ਤਾਂ ਆਦਤ ਪੈ ਗਈ ਅੱਛਾ ਕੈਲ ਖੈ ਇਹੋ ਜੀ ਚੰਗੀ ਚੀਜ਼ ਲਵਾ ਦਿੱਤੀ ਚਾਚੇ ਵਾਹ ਹਾਂ
ਸਰਕਾਰ ਰੱਖੀ ਆ ਹੋਏ ਨਾਲ ਸੁਸ਼ਕਿਲਾ ਦਾ ਮਾਹੌਲ ਰਚਦਾ ਰਚਦਾ ਜੀ ਸਾਡੇ ਅੰਦਰ ਆ ਗਿਆ। ਜੀ ਜਨਾਬ ਐਂਡ ਬਹਿ ਕੇ ਆ ਗਏ ਡਾਵਣੀਆਂ ਦੀ ਵਾਰੀ, ਤਾਂ ਇਹ ਮੈਂ ਡਾਵਣੀਆਂ ਲੈ ਆ। ਸਾਡੇ ਸਾਹਮਣੇ ਡਾਵਣੀਆਂ ਛੁੜਵਾਏ ਪਾਏ, ਸਾਰਾ ਪਾਣ ਇੱਥੇ ਲੱਗ ਗਈ। ਇਹ 5 ਕਿਲੋ ਹਾਈ ਤਕਰੀਬਨ ਸਾਰੀ ਮੰਜੀ ਉੱਥੇ ਗਈ। ਹੁਣ ਇਹ ਜਿਹੜੀ ਜਾ ਖਾਲੀ ਹੈ ਈ ਜਾ, ਅਤੇ ਇਹ ਡਾਵਣੀਆਂ ਜਿਹੜੀਆਂ ਹਨ ਇਹ ਲੈਸੋਂ।
ਆਖਰੀ ਮਰਲਾ ਮੰਜੀ ਦੀ ਲੁੱਕ ਚੈੱਕ ਕਰੋ ਵੀ ਹੈਪੀ ਸਾਹਿਬ। ਇਹ ਹੈ ਸਾਡਾ ਅੱਜ ਦਾ ਛੋਟਾ ਜਿਹਾ ਵਲੋਗ, ਵੀਡੀਓ ਪਸੰਦ ਆਈ ਹੋਏ ਤੇ ਮੰਜੀ ਕਿਵੇਂ ਕੰਬਾਲ ਦੀ ਸੋਹਣਾ ਵੇਖ ਸਕਦੇ ਵੇ ਵੀ ਹੈਪੀ। ਉਮੀਦ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਨੀਂਦ ਨਾਲ ਅਲਾਉਂਸ।